ਪਹਿਲਾਂ ਤਾਂ ਤੁਸੀਂ ਮੁੰਡੇ ਦੀ ਤਾਈ ਦੀ ਟ੍ਰਾਂਸਫੋਰਮੇਸ਼ਨ ਦੇਖੋ। ਕੰਮ ਜਚਿਆ ਨਹੀਂ ਹੈ, ਤਾਈ ਲੱਗ ਨਹੀਂ ਰਹੀ। ਤਾਈ ਤਾਂ ਜ਼ਿਆਦਾ ਸੋਹਣੀ ਹੁੰਦੀ ਆ, ਤਾਈ ਦੁਬਾਰਾ ਤੋਂ ਤਿਆਰ ਹੋ ਕੇ ਹੁੰਦੀ ਆ। ਮੇਕਅਪ ਬਿਨਾਂ ਤਾਂ ਨਹੀਂ ਸੋਹਣੀ ਲੱਗਣਾ, ਪਰ ਮੁੰਡੇ ਦੀ ਤਾਈ ਦਾ ਸੂਟ ਹੁਣ ਸੋਹਣਾ ਹੋ ਗਿਆ ਵਾ। ਹੁਣ ਮੁੰਡੇ ਦੀ ਤਾਈ ਤਿਆਰ ਹੋ ਗਈ, ਫਿਰ ਸਾਰੇ ਜਾਣੇ ਰਲ ਕੇ ਮੁੰਡੇ ਦਾ ਮੁੰਡੇ ਨੂੰ ਵੇਖਣ ਜਾਣਗੇ। ਮੁੰਡੇ ਦਾ ਦਾਦੂ, ਮੁੰਡੇ ਦੀ ਦਾਦੀ, ਮੁੰਡੇ ਦੀ ਤਾਈ, ਮੁੰਡੇ ਦਾ ਚਾਚੂ। ਉਹਦੇ ਲਈ ਆਪਾਂ ਨੂੰ ਹੋਣਾ ਪਹਿਲਾਂ ਸੋਹਣੇ ਜਿਹੇ ਬਣ ਕੇ ਰੈਡੀ, ਕਿਉਂਕਿ ਫਿਰ ਅਕਸਰ ਮੈਨੂੰ ਵੀ ਦੇਖਣਾ ਹੈ ਤਾਈ ਨੂੰ, ਹੈ ਨਾ। ਜ਼ਮਾਨਾ ਆ ਗਿਆ ਵਾ ਵੱਡੀ ਮੰਮਾ ਕਹਿਣ ਦਾ, ਅਤੇ ਪਰ ਆਪਾਂ ਪੁਰਾਣਾ ਜ਼ਮਾਨਾ ਰੱਖਣਾ, ਕਿਉਂਕਿ ਮੇਰੇ ਹਸਬੈਂਡ ਇਹ ਗੱਲ ਕਹਿੰਦੇ ਆ ਕਿ ਮਾਮੂ ਨਹੀਂ ਆਖਣਾ, ਚਾਚੂ ਨਹੀਂ ਆਖਣਾ, ਤਾਊ ਨਹੀਂ ਆਖਣਾ, ਵੱਡੇ ਪਾਪਾ ਵੱਡੇ ਮੰਮਾ ਇਹ ਕੁਛ ਨਹੀਂ ਆਖਣਾ। ਜੇ ਤਾਇਆ ਵਾ ਤਾਂ ਤਾਇਆ ਜੀ, ਜੇ ਤਾਈ ਆ ਤਾਂ ਤਾਈ ਜੀ। ਸੋ ਮੈਂ ਤਾਈ ਹਾਂ, ਤਾਂ ਮੈਂ ਹੁਣ ਕੀ ਬਣ ਗਿਆ ਤਾਈ ਜੀ, ਅਤੇ ਮੈਂ ਉਹਨੂੰ ਕਹਿਣਾ ਮੈਨੂੰ ਤਾਈ ਜੀ ਆਖਿਆ ਕਰਨਾ। ਇਹਨਾਂ ਵਧੀਆ ਲੱਗਦਾ ਨਾ, ਆਪਾਂ ਵੀ ਤਾਂ ਖੁਦ ਕਹਿੰਦੇ ਰਹੇ ਹਾਂ। ਅਤੇ ਆਪਾਂ ਰੋਟੀ ਰੋਟੀ ਤਿਆਰ ਕਰ ਲਈ ਸੀ, ਅਤੇ ਉਹਨਾਂ ਵਾਸਤੇ ਕਿਉਂਕਿ ਚਾਰ ਪੰਜ ਜਾਣੇ ਹੋਸਪਿਟਲ ਆ, ਅਤੇ ਹੁਣ ਆਪਾਂ ਚੱਲੇ ਸੀਗੇ ਉਹਨਾਂ ਨੇ ਮਿਲਣਾ, ਉਹਨਾਂ ਨੇ ਰੋਟੀ ਦੇਖੀ ਆਵਾਂਗੇ, ਨਾਲੇ ਉਹਨਾਂ ਨੂੰ ਮਿਲ ਕੇ ਆਵਾਂਗੇ। ਨਾਲੇ ਮੈਂ ਤਾਂ ਕਾਕੇ ਨੂੰ ਦੇਖਣ ਲਈ ਬਾਹਲੀ ਜ਼ਿਆਦਾ ਐਕਸਾਈਟਡ ਹੋਈ ਪਈ ਹਾਂ, ਅਤੇ ਹੁਣ ਬਸ ਛੇਤੀ ਛੇਤੀ ਤਿਆਰ ਹੋ ਕੇ ਅਤੇ ਆਪਾਂ ਜਾਂਦੇ ਹਾਂ ਕਾਕੇ ਨੂੰ ਦੇਖਣ। ਉਹਦੇ ਲਈ ਆਪਾਂ ਮਤਲਬ ਪਤਾ ਗੱਲ ਕੀ ਹੁੰਦੀ ਆ, ਬੜੀ ਮੈਨੂੰ ਖੁਸ਼ੀ ਹੋਣ ਦੀ ਆ, ਇੱਕ ਨਵਾਂ ਜੀ ਆਇਆ ਘਰ ਦੇ ਵਿੱਚ, ਹੈ ਨਾ, ਕਿੰਨੀ ਰੌਣਕ ਜਿਹੀ ਲੱਗੂਗੀ। ਅਤੇ ਵੈਸੇ ਵੀ ਜਦੋਂ ਤੁਰੂਗਾ, ਜਦੋਂ ਬੋਲੂਗਾ, ਜਦੋਂ ਬੁਲਾਊਗਾ, ਹੈ ਨਾ, ਕਿੰਨਾ ਵਧੀਆ ਲੱਗੂਗਾ। ਆਓ ਅਤੇ ਮੈਂ ਬਹੁਤ ਹੀ ਇਹਨਾਂ ਗੱਲਾਂ ਕਰਾਂ, ਅਤੇ ਛੇਤੀ ਛੇਤੀ ਤਿਆਰ ਹੋ ਜਾਈਏ। ਹਾਂਜੀ ਤਾਈ, ਆ ਗਈ ਤਾਈ। ਇੱਕ ਮਿੰਟ ਤਾਈ, ਹਾਂਜੀ ਕਿਵੇਂ ਲੱਗੀ ਫਿਰ ਮੁੰਡੇ ਦੀ ਤਾਈ? ਸੋਹਣੀ ਲੱਗ ਰਹੀ ਹੈ ਨਾ, ਕੋਈ ਸੋਹਣੀ ਲੱਗ ਰਹੀ ਹੈ, ਸੋਹਣਾ ਲੱਗੂਗਾ। ਕੁਲੇ ਜ਼ਿਆਦਾ ਚੱਚ ਰਹੇ ਆ ਨਾ, ਫਿਰ ਕਹਾਂ ਖੋਲ ਨਹੀਂ ਸਕਦੀ, ਸਾਰੇ ਆ ਨਾ। ਚੱਲੇ ਆ ਡੈਡੀ, ਆਪਾਂ ਕਾਕਾ ਵੇਖਣ ਚੱਲੀਏ, ਅਸੀਂ ਚੱਲੇ ਕਾਕਾ ਵੇਖਣ। ਚਾਬੀ ਲਿਖਾ ਦੀ, ਮੈਂ ਚੱਲੀ ਹਾਂ ਕਾਕਾ ਵੇਖਣ, ਮੇਰਾ ਪਰਸ ਗਿਆ ਖੋਲ। ਇੱਕ ਮਿੰਟ, ਹਰਮਨ ਹਰਮਨ ਵੇ ਹਰਮਨ, ਲੈ ਹਰਮਨ ਹੈਲੋ ਕਰ, ਲੈ ਮੈਨੂੰ ਵੇਖ ਬੁਆ। ਮੈਂ ਡੈਡੀ ਜੀ ਮੈਂ ਖੋਲਦੀ, ਇੱਕ ਮਿੰਟ ਮੈਂ ਪਰਸ ਰੱਖਾ ਵਾ, ਇੱਕ ਮਿੰਟ ਕਾਹਦਾ ਕੰਮ ਖਰਾਬ ਕੀ
ਕਿਹੜੇ ਚਿਹਰੇ ਵਿਚ? ਮੈਨੂੰ ਤਾਂ ਸਹੀ ਲੱਗਣ ਡਈ ਆ ਬੈਜੀ ਹਰਮਨ ਇੱਥੇ ਹੀ ਹੈਨਾ, ਮੰਮੀ ਨੂੰ ਬਾਹਰੋਂ ਪਾ ਲੈਨੇ ਆ। ਡੈਡੀ ਧਿਆਨ ਨਾ ਪਿਓ, ਡੈਡੀ ਤਾਂ ਵਿਚਾਰ ਦਾ ਗੋਡਾ ਦੁਖਦਾ। ਮੈਂ ਮਾਰਾਂ ਬਾਰੇ ਅਸੀਂ ਚੱਪੇ ਕਰਕਾ ਗੱਡੀ ਚ ਫਿਰ ਵੀ ਸਾਹ ਆਉਂਦਾ ਹੈ। ਚਲ ਮੰਮੀ ਨੂੰ ਪਾ ਲਈਏ। ਮੰਮੀ ਹੈ ਕਿੱਥੇ ਆ? ਤੇ ਬੂਹਾ ਪਾਣ ਟੋ ਗੈਂਕਲ ਧੋ ਦੇਣਗੇ। ਅੱਛਾ ਮੰਮੀ ਤਾਂ ਕੱਟੀਆਂ ਹੀ ਸੂਟ ਕਰੀ ਜਾਂਦੀ। ਮੰਮੀ ਐ ਤਾਂ ਚੰਗੇ ਕੰਮ ਕਰਦੀ ਹੈ। ਇਹ ਗੱਲ ਸੱਚੀ ਹੈ ਹਰਮਨ, ਜਿੰਨਾ ਮੰਮੀ ਭੱਜ ਕੇ ਕੰਮ ਕਰਦੇ ਨਾ ਮੈਂ ਵੀ ਨਹੀਂ ਕਰ ਸਕਦੀ, ਹੈ ਨਾ ਡੈਡੀ? ਲੈ ਵੇਖਿਆ ਨਾ ਤੇ ਮੈਂ ਕਰਨ ਦੀ ਡਈ ਸੀ ਕੰਮ। ਨਹੀਂ ਹਰਮਨ ਮੈਂ ਤੈਨੂੰ ਸੋਹਣੀ ਰੋਟੀ ਦਿੱਤੀ, ਡੈਡੀ ਕਹਿੰਦਾ ਸਬਜ਼ੀ ਡੋਲਤੀ, ਮੈਂ ਹਾਲੇ ਨਾਲੇ ਸੁੱਕੀ ਸਬਜ਼ੀ ਸੀ। ਮੰਮੀ ਇੱਧਰ ਆਓ, ਮੈਂ ਇੱਧਰ ਬੈਠੀ ਆ। ਨਹੀਂ ਉਹ ਮੈਂ ਬਹਿ ਗਈ ਨਾ ਇੱਧਰ, ਹੁਣ ਸਮਾਨ ਸਾਡੇ ਵਿੱਚ ਬੜਾ ਵਾ। ਚਲੋ ਦਾਦੀ ਜੀ ਬਹਿਣ ਗੁਲਾਬੀ ਸੂਟ ਪਾ ਕੇ। ਮੰਮੀ ਆ ਰੋਟੀਆਂ ਦੀ ਤੇ ਇੱਧਰ ਸਬਜ਼ੀ ਚੋ ਡੋਲੋ ਕਿਤੇ ਨੀ। ਹਰਮਨ ਜੀ ਤੂੰ ਕੁਝ ਖਾਣਾ ਹੋਇਆ ਸਾਨੂੰ ਦੱਸ ਦੇ, ਤੈਨੂੰ ਖਵਾ ਦਾਂਗੇ। ਫਿਰ ਵੀ ਤੂੰ ਚਾਚੂ ਹੈ। ਹਾਂ ਹਾਂ ਕੱਲ ਦੇ ਡੈਡੀ ਤੇਰੇ ਤੋਂ ਬੜੇ ਖੁਸ਼ ਆ। ਨਹੀਂ ਵੈਸੇ ਹਰਮਨ ਡੈਡੀ ਤੇਰੇ ਤੋਂ ਖੁਸ਼ ਬੜੇ ਕੱਲ ਦੇ। ਨਹੀਂ ਡੈਡੀ ਵੈਸੇ ਮੇਰੇ ਤੋਂ ਵੀ ਡੈਡੀ ਤੁਸੀਂ ਮੇਰੇ ਤੋਂ ਵੀ ਖੁਸ਼ ਹੀ ਜੇ, ਮੈਂ ਸਬਜ਼ੀ ਸਵਾਦ ਨਹੀਂ ਬਣਾਈ। ਡੈਡੀ ਵੀ ਮੈਨੂੰ ਖਵਾਉਣਗੇ ਮੈਂ ਖਾਣ। ਮੈਂ ਕਿੰਨਾ ਭੱਜੀ, ਮੈਂ ਗੈਸ ਵੀ ਨੀ ਬਾਲਿਆ, ਮੈਂ ਚੁੱਲ੍ਹਾ ਬਾਲਿਆ। ਨਹੀਂ ਮੈਂ ਸਿਆਣੀ ਹੋ ਗਈ ਹਰਮਨ, ਸਬਜ਼ੀ ਡੈਡੀ ਨੂੰ ਬੜੀ ਪਸੰਦ ਆਈ, ਹਰਮਨ ਨੂੰ ਵੀ ਬੜੀ ਪਸੰਦ ਆਈ। ਮੈਂ ਹੈ ਰੱਬਾ ਮੇਰੀ ਸਬਜ਼ੀ ਸਵਾਦ ਬਣ ਜੇ। ਡੈਡੀ ਰੋਜ਼ ਕਿਆ ਕਰਨ ਮੰਦੀ ਵੀ ਤੂੰ ਸਬਜ਼ੀ ਬਣਾਇਆ ਕਰ। ਕਿਆ ਕਰਨਾ ਹੁਣ, ਹੁਣ ਆਪਾਂ ਮੰਮੀ ਨੂੰ ਤੋਰਦੀ ਫਿਰ ਨਾਨਕੇ ਪਤਾ ਲੱਗ ਗਿਆ ਨਾ ਆਪਾਂ ਆਏ ਆ। ਹਰਮਨ ਚੜ ਜੂਗੀ ਨਾ ਦੁਕਾਨ ਆ ਕੋ ਸੱਚੇ ਪਾਤਸ਼ਾਹ ਡਰ ਹੁੰਦੀ। ਦੋ ਮਿੰਟ ਗਏ ਸੀ ਨਾ ਠੰਡਾ ਕਰਦਾ ਇਧਰ ਆਪਣਾ ਬੂਹਾ ਖੁੱਲ ਜੂਗਾ। ਪਹਿਲਾਂ ਮੈਂ ਤੇ ਨਿਕਲਾਂ ਹੈ।
ਆਪਣੇ ਹੱਥੀ ਪਰ ਮੁੜ ਜਾ ਪਟ ਜਾ ਮੁੜਦੇ ਬੱਲੇ ਬੱਲੇ ਪਾ ਕੇ